ਆਹ ਹੁਣ ਬੈਟਰੀ ਆ ਵੀਰੇ ਚ ਕੱਲੀ ਆ 2.5 ਲੱਖ ਰੁਪਏ ਦੀ ਬੈਟਰੀ ਆ ਲੀਥੀਅਮ ਤੇ ਕਿੰਨੇ ਕਿਲੋਮੀਟਰ ਚੱਲੂ ਚੱਲੂਗੀ ਇਹ 150 ਕਿਲੋਮੀਟਰ ਤੇ ਸਪੀਡ ਕਿੰਨੀ ਤੱਕ ਜਾਵੇ ਸਪੀਡ ਇਹਦੀ 60-65 ਦੀ ਤੇ ਬੈਟਰੀ ਕਿੰਨੇ ਕੁ ਸਾਲ ਚੱਲ ਜੂ ਇਹ ਬੈਟਰੀ ਚੱਲ ਜੂਗੀ 10 ਸਾਲ 10 ਸਾਲ ਚੱਲ ਲੀਥੀਅਮ ਫੋਸਫੇਟ ਬੈਟਰੀ ਆ ਬੰਦਾ ਇੰਟਰਨੈਟ ਤੇ ਸਰਚ ਕਰ ਲੇ ਰੇਟ ਸਰਚ ਕਰ ਲੇ ਲੀਥੀਅਮ ਫੋਸਫੇਟ ਦੀ ਲਾਈਫ ਸਾਈਕਲ ਸਰਚ ਕਰ ਲੇ ਏ ਗ੍ਰੇਡ ਆ ਇਹਦੇ ਪਾਵਰ ਬ੍ਰੇਕ ਆ ਦੋ ਆਹ ਵਾਲੇ ਆਇਲ ਬ੍ਰੇਕ ਆ ਤੇ ਜਿੱਦਾਂ ਕਾਰ ਦੇ ਲੱਗਦੇ ਆਪਣੇ ਬ੍ਰੇਕ ਉਦਾਂ ਲੱਗਦੇ ਆ ਫਰੰਟ ਡਿਸਕ ਆ ਆਹ ਦੇਖ ਲਓ ਅੱਛਾ ਫਰੰਟ ਡਿਸਕ ਆ ਗਈਆਂ ਆ ਡਿਸਕ ਬ੍ਰੇਕ ਲੱਗੇ ਹੋਏ ਆ ਕੱਲੀ ਕੱਲੀ ਚੀਜ਼ ਨਾਲ ਕੀਮਤ ਦਾ ਫਰਕ ਪੈਂਦਾ ਤੁਸੀਂ ਟਾਇਰ ਦੇਖ ਲਓ ਉਹਦੇ ਟਾਇਰ ਕੀ ਸਾਈਜ਼ ਦੇ ਇਹਦੇ ਇਹਦਾ ਟਾਇਰ ਹੈਗਾ 615-16 ਓਰੀਜਨਲ ਜੀਪ ਦਾ MRF ਦਾ ਟਾਇਰ ਆ ਜਿੱਥੇ ਬੰਦਾ ਮਰਜ਼ੀ ਚੈੱਕ ਕਰ ਲੇ ਤੇ ਬੋਡੀ ਦਾ ਫਰਕ ਵੀ ਕੀ ਆ ਹੁਣ ਇਹ ਲੋਹਾ ਲੋਹਾ ਮੈਟਲ ਆ ਇਹ ਬਣੀ ਹੋਈ ਹੈ 16-18 ਗੇਜ ਸੀਟ ਦੀ ਮਿਕਸ ਹੈ 16-18 ਗੇਜ ਸੀਟ ਕਈ ਥਾਵਾਂ ਤੇ 16 ਗੇਜ ਲੱਗੀ ਹੈ ਕਈ ਥਾਵਾਂ ਤੇ 18 ਗੇਜ ਲੱਗੀ ਹੈ ਪਰ ਕਈ ਤਾਂ ਮੇਰੇ ਖਿਆਲ ਫਾਈਬਰ ਚ ਵੀ ਬਣਾਈ ਜਾਂਦੇ ਫਾਈਬਰ ਚ ਵੀ ਬਣਾਈ ਜਾਂਦੇ ਬਈ ਉਹਦਾ ਰੇਟ ਦਾ ਫਰਕ ਤਾਂ ਪਊਗਾ ਰੇਟ ਦਾ ਫਰਕ ਤਾਂ ਪਊਗਾ ਹੀ ਫਾਈਬਰ ਹੋਊਗੀ 20 ਗੇਜ ਦੀ ਬਣਾਈ ਜਾਂਦੇ ਤੁਸੀਂ ਜ਼ੋਰ ਨਾਲ ਮੁੱਕੀ ਮਾਰੋਗੇ ਵਿੱਚ ਬਹਿ ਜੂਗੀ ਉਹ ਅੱਛਾ ਹਾਂ ਇਹਦੇ ਚ ਜਿਵੇਂ ਮਰਜ਼ੀ ਚੜ ਜਾ ਬੰਦਾ ਬੁਰਨ ਤੇ ਚੜ ਕੇ ਬਹਿ ਜੇ ਕੋਈ ਦਿੱਕਤ ਨਹੀਂ ਠੀਕ ਹੈ ਗ੍ਰਿਲ ਆ ਸਾਰੀ ਮੈਟਲ ਦੀ ਆ ਏ ਟੂ ਜ਼ੈਡ ਚੀਜ਼ ਮੈਟਲ ਦੀ ਆ ਉਹਨਾਂ ਲਾਈਟ ਲੱਗੀ ਆ ਬਾਈ ਇਹਦੇ ਮੈਨੂੰ ਇਹ ਲਾਉਣ ਦੀ ਕੋਈ ਲੋੜ ਨਹੀਂ ਕਿ ਬਿਨਾਂ ਤੋਂ ਸਰਦਾ ਲਾਈਟਾਂ ਹੀ ਕੱਲੀਆਂ 3000 ਦੀਆਂ ਗੱਡੀ ਲੈ ਜੇ ਬੰਦਾ ਵਾਹਣ 'ਚ ਸੁੱਟ ਦੇ ਉਹ ਸੁੱਟ ਦੇ ਜਿੱਥੋਂ ਦੀ ਯਾਰ ਜੀ ਕਰ ਜਿੱਥੋਂ ਦੀ ਆਪਣੀ ਥਾਰ ਪੈਟਰੋਲ ਡੀਜ਼ਲ ਗੱਡੀ ਜੀਪ ਲੰਘ ਗਈ ਉੱਥੋਂ ਦੀ ਇਹ ਜਾਊਗੀ ਪੁੱਠੀ ਨਹੀਂ ਮੁੜਦੀ ਅਤੇ ਉਹ ਜਾਂਦੀ ਨਹੀਂ ਚਾਸੀ ਬਣੀ ਆ ਵੀਰੇ ਆਹ ਵੇਖ ਲਾ ਕੇ 3.5 ਦੀ ਪੈਪ ਆ ਅਤੇ ਪੈਪ ਦਾ ਵੇਟ ਹੈਗਾ ਇਹਦਾ 25 ਕਿਲੋ ਅੱਛਾ 25 ਕਿਲੋ ਵਾਲੀ ਪੈਪ ਲੱਗੀ ਆ ਗੱਡੀ ਦਾ ਸਾਰਾ ਵੇਟ ਇਹਦਾ ਜਾ ਵੜਦਾ 10 ਕੁਇੰਟਲ ਅੱਛਾ 10 ਕੁਇੰਟਲ ਵਜਾ 10 ਕੁਇੰਟਲ ਵੇਟ ਆ ਗੱਡੀ ਸੜਕ ਤੇ ਜੰਮ ਕੇ ਚੱਲੂਗੀ ਐਂ ਨਹੀਂ ਕਿ ਐਂ ਹੱਲੀ ਜਾਂਦੀ ਆ ਉਖਲੀ 'ਚ ਵੱਜੀ ਬੰਦੇ ਨੂੰ ਚੱਕ ਕੇ ਮਾਰਿਆ ਉਹ ਚੀਜ਼ ਨਹੀਂ ਹੁੰਦੀ ਛੁੱਕ ਅੱਗੇ ਆ ਕਮਾਨੀਆਂ ਲੱਗੀਆਂ ਵੀਰੇ ਛੋਟੇ ਹਾਥੀ ਦੀਆਂ ਕਮਾਨੀਆਂ ਕਦੇ ਨਹੀਂ ਮਰਦੀਆਂ ਲਾਈਫ ਟਾਈਮ ਬੰਦੇ ਤੋਂ ਹਿੱਸਾ ਕਦੇ ਨਹੀਂ ਮਰਦਾ ਲਾਈਫ ਟਾਈਮ ਦੂਰੀ ਅਰੇ ਦੀ ਕੋਈ ਰਿਪੇਅਰ ਨਹੀਂ ਡਿਸਕਾਂ ਕਦੇ ਨਹੀਂ ਮਰਦੀਆਂ ਬੈਰਿੰਗਾਂ ਕਦੇ ਨਹੀਂ ਮਰਦੇ ਪਾਵਰ ਸਟੀਅਰਿੰਗ ਆ ਜਾਂਦਾ ਉਹ ਦੇਖ ਲਓ ਥੱਲੇ ਲੱਗਿਆ ਹੋਇਆ ਇਹਦੇ ਅੱਛਾ ਸਵਿਫਟ ਵਾਲਾ ਪਾਵਰ ਸਟੀਅਰਿੰਗ ਆ ਇਹ ਸਵਿਫਟ ਕਾਰ ਦਾ ਸ਼ੌਕਰ ਲੱਗੇ ਹੋਏ ਆ ਮੋਟਰ ਲੱਗੀ ਹੋਈ ਆ ਮੋਟਰ ਦੇਖ ਲਓ ਈ ਰਕਸ਼ ਵਾਲੀ ਮੋਟਰ ਨਹੀਂ ਲੱਗੀ ਹੋਈ ਸਪੈਸ਼ਲ ਇਲੈਕਟ੍ਰਿਕ ਵਹੀਕਲ ਵਾਲਾ ਸਿਸਟਮ ਲੱਗਿਆ ਹੋਇਆ ਅੱਛਾ ਜਿਹੜਾ ਹੈਵੀ ਡਿਊਟੀ ਆਪਣੀਆਂ ਕਾਰਾਂ ਦੇ ਵਿੱਚ ਆਉਂਦਾ 10 ਕਿਲੋ ਵਾਟ ਦੀ ਮੋਟਰ ਆ ਵੀਰੇ ਇਹ ਖੜੀ ਗੱਡੀ ਦੇ ਟਾਇਰ ਘੁਮਾ ਦਿੰਦੀ ਆ ਭਾਵੇਂ ਤਕਰੀਬਨ 25,000 ਰੁਪਏ ਦਾ ਇਕੱਲਾ ਚਾਰਜਰ ਹੀ ਆ ਇਹ ਅਤੇ ਹੁਣ ਜੇ ਦੂਜਾ ਲੈਡ ਐਸਿਡ ਬੈਟਰੀ ਵਾਲਾ ਬਾਈ 5,000 ਦਾ ਚਾਰਜਰ ਮਿਲ ਜਾਂਦਾ ਰੇਟ ਕਿਉਂ ਨਾ ਵਧੀਆ ਇਹ 1500 ਦਾ ਟਾਇਰ ਆ ਅਤੇ ਆਹ 4500 ਦਾ ਅੱਛਾ 4500 ਦਾ ਟਾਇਰ 18,000 ਦੇ ਟਾਇਰ ਹੀ ਹੋਏ ਇਕੱਲੇ ਹਾਂਜੀ ਅਤੇ ਆਹ ਦੇਖ ਲਓ ਹੁਣ ਇਹਦਾ ਕਿੰਨਾ ਫਰਕ ਆ ਹੁਣ ਆਹ ਗੱਡੀ ਨੂੰ ਆਹ ਟਾਇਰ ਲੱਗ ਗਿਆ ਕਿਵੇਂ ਜੇ ਆਹ ਤਾਂ ਬਈ ਬਹੁਤ ਜ਼ਿਆਦਾ ਫਰਕ ਹੈ ਤੁਸੀਂ ਐਂ ਲਾ ਲਓ ਵੀ ਘੱਟੋ 4 ਇੰਚ ਦਾ ਘੇਰੇ ਦਾ ਫਰਕ ਪੈਂਦਾ 4 ਇੰਚ ਦਾ ਗੱਡੀ ਸਾਈਡਾਂ ਤੋਂ ਵੀ ਕੱਢੂਗੀ ਉਹ ਵੀਰੇ ਫੋਟੋ 'ਚ ਗੱਡੀ ਦਾ ਇੱਕ ਪਤਾ ਨਹੀਂ ਲੱਗਦਾ ਕਿ ਸਾਈਜ਼ ਕਿੱਡਾ ਗਾ ਜਦੋਂ ਗੱਡੀ ਤੁਸੀਂ ਆਓਗੇ ਕੋਲੇ ਬੈਠੋਗੇ ਚਲਾਓਗੇ ਕੋਲੇ ਖੜੀਆਂ ਦੇ ਬਈ ਬਰਾਬਰ ਆਪਾਂ ਨੂੰ ਅੰਦਾਜ਼ਾ ਵੀ ਅੱਜ ਦੇਖਣ ਵਾਲੇ ਨੂੰ ਤੇਰਾ ਹਾਈਟ ਕਿੰਨੀ ਹੈ ਤੇਰੀ ਮੇਰੀ ਹੈਗੀ ਹੈ ਵੀਰੇ ਹਾਈਟ 5.5 ਤੇ ਕਿੰਨੇ ਇੰਚ ਨਿਕਲ ਕੇ 58 ਇੰਚ ਆ ਬਾਈ ਮੈਂ ਤੁਹਾਨੂੰ ਘੱਟ ਹੀ ਦੱਸਿਆ ਸੀ 55 ਦੱਸਿਆ ਸੀ ਜੀ ਆ ਲਓ ਬਈ 58 ਤੋਂ ਵੀ ਉੱਪਰ ਹੈਗੀ 58 ਤੋਂ ਵੀ ਉੱਪਰ ਤੁਹਾਡੇ ਜੇ ਕੋਈ ਓਰੀਜਨਲ ਗੱਡੀ ਖੜੀ ਹੈ ਕਿਸੇ ਕੋਲੇ ਭਲਾ ਫੀਤਾ ਮਾਰ ਲਾ 8 ਇੰਚ ਇਹ ਗੱਡੀ ਚੌੜੀ ਆ ਫਰੰਟ ਤੇ ਵੀ ਲਾਈ ਬਈ ਫੀਤਾ ਮੈਂਪਰ ਤੇ ਵੀ ਲਾਈ ਮੈਂਪਰ ਤੇ ਲਾ ਦੇ ਕਿਰਾ ਲੈ ਵੀ ਆਪਾਂ ਇਹਦੀ ਹੁਣ ਤੁਹਾਨੂੰ ਲੈਂਥ ਵੀ ਦਿਖਾ ਦਿੰਦੇ ਹਾਂ ਇਹ 100 ਤੇ 9 ਫੁੱਟ ਤੇ 11 ਇੰਚ ਹੋ ਗਿਆ ਬਾਈ ਇੱਥੇ ਫੀਤਾ ਮੁੱਕ ਗਿਆ ਤੇ ਤਕਰੀਬਨ 10 ਫੁੱਟ ਲੰਮੀ ਗੱਡੀ ਹੈਗੀ ਆ 10 ਫੁੱਟ ਲੰਮੀ ਆ ਬਾਈ ਗੱਡੀ ਚਲਾ ਕੇ ਦੇਖੋ ਇੱਕ ਵਾਰੀ ਚਲਾਉਣ ਤੋਂ ਬਾਅਦ ਤੁਸੀਂ ਟੈਸਟ ਡਰਾਈਵ ਲਓ ਉਹਦੇ ਨਾਲ ਕਲੀਅਰ ਕਰੋ ਮੇਰੇ ਨਾਲ ਇੱਥੇ ਆਪਾਂ ਗੱਡੀ ਚੈੱਕ ਕਰਾ ਦੇਵਾਂਗੇ ਐਵਰੇਜ ਪ੍ਰੋਬਲਮ ਆ ਕੋਲੇ ਸੀਟ ਤੇ ਬਹਿ ਜੇ ਬੰਦਾ ਪੂਰੀ ਐਵਰੇਜ ਕਢਾ ਕੇ ਦੇ ਦੇਵਾਂਗੇ ਚੈੱਕ ਕਰਾਉਣੀ ਉਹ ਤੋਂ ਬਾਅਦ 'ਚ ਕੋਈ ਲਾਈਫ ਟਾਈਮ ਕੋਈ ਵੀ ਫਾਲਟ ਆਉਂਦਾ ਹੱਲ ਉਹਦਾ ਹਰੇਕ ਚੀਜ਼ ਦਾ ਹੋਊਗਾ ਸੈੱਟ ਕਰਕੇ ਆ ਆਹ ਸ਼ੀਸ਼ੇ ਪਾਏ ਹੋਏ ਆ ਗੱਡੀ ਦੇ ਸੇਫਟੀ ਸ਼ੀਸ਼ੇ ਆ ਕੱਲ ਨੂੰ ਗੱਡੀ ਝਟਕਾ ਲੱਗ ਗਿਆ ਜਾਂ ਗੱਡੀ ਕਿਤੇ ਲੱਗ ਗਈ ਐਂ ਨਹੀਂ ਟੁੱਟ ਕੇ ਬੰਦਾ ਦੇ ਵੱਜੂਗਾ ਹੁਣ ਇੱਕ ਤਾਂ ਬਈ ਇਹ 'ਚ 200 ਦਾ ਲੈ ਕੇ ਸ਼ੀਸ਼ਾ ਉਹ ਪਾ ਤਾ ਜਿਹੜਾ ਘਰਾਂ 'ਚ ਪਾਈ ਜਾਂਦੇ ਆ ਅੱਛਾ ਉਹ ਵੀ ਪਾ ਦਿੰਦੇ ਆ ਬਈ ਇਹਦੇ ਕਿਹੜਾ ਤੁਹਾਨੂੰ ਨੰਗੀ ਆਖਣ ਦਾ ਪਤਾ ਹੀ ਨਹੀਂ ਲੱਗਦਾ
ਤੇ ਉਹ ਤਾਂ ਜੇ ਟੁੱਟ ਜੇ ਤਾਂ ਸਿੱਧਾ ਵੱਜੂ, ਸਿੱਧਾ ਵੱਜੂਗਾ ਵੀਰੇ, ਇਹ ਨਹੀਂ ਵੱਜਦਾ, ਇਹ ਨਹੀਂ ਵੱਜਦਾ, ਨਾਲ ਹੀ ਰਹੂਗਾ ਜਿਵੇਂ ਗੱਡੀਆਂ ਦੇ ਰਹਿੰਦੇ ਆ ਵੀ ਇਲੈਕਟ੍ਰਿਕ ਹੈ ਜੀਪ। ਹਾਂਜੀ ਬਾਈ, ਤੇ ਕਿੰਨੇ ਦੀ ਤਿਆਰ ਹੋਜੂ ਬਾਈ ਇਹ? ਇਹ ਬਾਈ 6 ਲੱਖ ਦੀ ਤਿਆਰ ਹੋਊਗੀ। ਬਾਈ ਯਾਰ ਕਿਉਂ ਐਂ ਕਰਦਾ, ਲੱਖ ਲੱਖ ਦੀਆਂ ਮਿਲੀ ਜਾਂਦੀਆਂ ਇਲੈਕਟ੍ਰਿਕ ਜੀਪਾਂ, ਸਿਰਫ ਲੱਖ, 1.5 ਲੱਖ, 2 ਲੱਖ ਆਮ ਹੀ ਭਰਾਵਾ। ਬਾਈ ਇਹਦੇ ਨਾਲ ਦੀ ਨਹੀਂ ਮਿਲਦੀ, ਜਿੱਥੇ ਮਰਜ਼ੀ ਆਵੇ ਆਲ ਇੰਡੀਆ ਤੇ ਆਪਾਂ ਚੈਲੰਜ ਕਰ ਦਿੰਦੇ ਹਾਂ। ਬਾਈ ਦੇਖਣ ਨੂੰ ਜਮਾਂ ਸੇਮ ਹੁੰਦੀ ਹੈ ਬਾਈ, ਦੇਖਣ ਨੂੰ ਹੋਈ ਜਾਵੇ ਸੇਮ, ਪਰ ਕੋਲੇ ਲਿਆਵੇ ਬੰਦਾ ਚਲਾ ਕੇ ਵੇਖੇ, ਚੈੱਕ ਕਰੇ, ਉਹ ਚਲਾ ਲਏ, ਇਹ ਚਲਾ ਲਏ, ਜਿਹੜੀ ਲੱਖ ਵਾਲੀ ਆ। ਕੀ ਫਰਕ ਹੈ ਬਾਈ? ਫਰਕ ਵੀਰੇ ਇੱਕ ਤਾਂ ਸਾਈਜ਼ ਆ, ਪਿੱਛੇ ਨੂੰ ਦੇਖ ਲਓ ਜਮਾਂ ਓਰੀਜਨਲ ਆ, ਜਿਹੜੀ ਡੰਮਰ ਤਿਆਰ ਹੁੰਦੀ। ਕਿੰਨੇ ਫੁੱਟ ਹੈ ਇਹ ਲੰਮੀ ਚੌੜੀ? 10 ਫੁੱਟ ਲੰਮੀ ਆ। ਤੇ ਚੌੜੀ? ਚੌੜੀ ਹੈਗੀ ਹੈਗੀ ਇਹ 54 ਇੰਚ। 54 ਇੰਚ ਯਾਨੀ ਕਿ 4 ਤੇ 4.5 ਫੁੱਟ। ਹਾਂਜੀ 54 ਇੰਚ। ਜਿਹੜੀ ਵੱਡੀ ਜੀਪ ਨਾਰਮਲ ਹੁੰਦੀ ਆ ਉਹਦੀ ਓਰੀਜਨਲ ਸਾਈਜ਼ ਆ, ਓਰੀਜਨਲ ਬਾਡੀ ਆ, ਯਾਨੀ ਕਿ ਇਹ ਬਾਡੀ ਜੇ ਆਪਾਂ ਲਾ ਕੇ ਇੰਜਨ ਵਾਲੀ ਗੱਡੀ 'ਤੇ ਰੱਖਣੀ ਆ, ਰੱਖੀ ਜਾਊਗੀ। ਅਤੇ ਪਰ ਫਿਰ ਵੀ ਇੰਨਾ ਚੀਜ਼ ਦਾ ਮਤਲਬ ਕਿਵੇਂ ਫਰਕ? 5-4 ਲੱਖ ਰੁਪਏ, 3-4 ਗੁਣੇ ਦਾ ਫਰਕ ਪੈ ਗਿਆ। ਹਾਂਜੀ, ਇਹਦਾ 'ਚ ਦੂਜਾ ਨੰਬਰ ਇਹ ਆ ਜਾਂਦਾ ਬਾਈ, ਆ ਸਾਰਾ ਸਿਸਟਮ ਲੱਗਿਆ, ਜਿਹੜੀਆਂ ਤੁਹਾਨੂੰ ਦੂਜੀਆਂ ਗੱਡੀਆਂ ਦੇ ਸਿੰਪਲ ਹੋਣਗੀਆਂ ਜਮਾਂ, ਆਹ ਕੁਛ ਨਹੀਂ, ਬਾਹਲੀ ਅਸੈਸਰੀ ਨਹੀਂ ਆਉਂਦੀ ਉੱਤੇ। ਅੱਛਾ, ਠੀਕ ਹੈ। ਆਹ ਹੁਣ ਬੈਟਰੀ ਆ, ਹਾਂ ਵੀਰੇ, 'ਚ ਇਕੱਲੀ ਆ 2.5 ਲੱਖ ਰੁਪਏ ਦੀ ਬੈਟਰੀ ਆ, ਲੀਥੀਅਮ। ਅੱਛਾ, ਬੈਟਰੀ 2.5 ਲੱਖ ਦੀ ਇਕੱਲੀ, 60 ਵੋਲਟ, 200 ਐਂਪੀਅਰ ਆ ਇਹ। ਅੱਛਾ, ਤੇ ਕਿੰਨੇ ਕਿਲੋਮੀਟਰ ਚੱਲੂ? ਚੱਲੂਗੀ ਇਹ 150 ਕਿਲੋਮੀਟਰ। ਤੇ ਸਪੀਡ ਕਿੰਨੀ ਤੱਕ ਜਾ? ਸਪੀਡ ਇਹਦੀ 60-65 ਦੀ। ਤੇ ਬੈਟਰੀ ਕਿੰਨੇ ਸਾਲ ਚੱਲ ਜੂਗੀ? ਬੈਟਰੀ ਚੱਲ ਜੂਗੀ 10 ਸਾਲ। 10 ਸਾਲ ਚੱਲ। ਲੀਥੀਅਮ ਫੋਸਫੇਟ ਬੈਟਰੀ ਆ, ਬੰਦਾ ਇੰਟਰਨੈਟ ਤੇ ਸਰਚ ਕਰ ਲੇ, ਰੇਟ ਸਰਚ ਕਰ ਲੇ, ਲੀਥੀਅਮ ਫੋਸਫੇਟ ਦੀ ਲਾਈਫ ਸਾਈਕਲ ਸਰਚ ਕਰ ਲੇ, ਏ ਗ੍ਰੇਡ ਆ, ਸੈੱਲ ਦੀ ਬਣੀ ਹੋਈ ਆ, ਸੈੱਲ ਦੀ ਵੀ ਗ੍ਰੇਡ ਹੁੰਦੀ ਆ ਨਾ, ਜਿਵੇਂ ਸਸਤੀ ਹੁੰਦੀ ਆ ਲੀਥੀਅਮ ਬੈਟਰੀ, ਕਈ ਕਹਿਣਗੇ ਹੁਣ ਸਰਚ ਕਰੋਗੇ ਨੈਟ ਤੇ ਤੁਹਾਨੂੰ 1.5 ਲੱਖ 'ਚ ਵੀ ਮਿਲ ਜੂਗੀ। ਉਹ ਏ ਗ੍ਰੇਡ, ਬੀ ਗ੍ਰੇਡ, ਸੀ ਗ੍ਰੇਡ ਸੈੱਲ ਹੁੰਦੇ ਆ। ਅੱਛਾ, ਤੇ ਅਲੱਗ ਅਲੱਗ ਸਿਸਟਮ ਹੁੰਦਾ ਉਹਦਾ। ਤੁਸੀਂ ਟੌਪ ਵਾਲੇ ਸੈੱਲ ਪਾਏ ਹੋਏ ਆ, ਏ ਗ੍ਰੇਡ ਸੈੱਲ ਦੀ ਬੈਟਰੀ ਬਣੀ ਹੋਈ ਆ, ਤਾਂ ਹੀ ਮਹਿੰਗਾ ਪੈਂਦਾ ਸਿਸਟਮ। ਤੇ ਇਹਦੇ ਨਾਲ ਦੀ ਬੈਟਰੀ ਅਲੱਗ ਅਲੱਗ ਬੰਦਿਆਂ ਤੋਂ ਟਰਾਈ ਕਰੋਗੇ, ਇਸੇ ਕੰਪਨੀ ਤੋਂ ਟਰਾਈ ਕਰੋਗੇ ਤੁਹਾਨੂੰ ਇੰਨੇ ਦੀ ਪਊਗੀ, ਆਸੇ ਪਾਸੇ ਟਰਾਈ ਕਰੋਗੇ ਉਹਦੇ ਹਿਸਾਬ ਨਾਲ ਘੱਟੋ ਵਧੂਗੀ। ਚਾਰਜਿੰਗ ਟਾਈਮ ਇਹਦਾ 3 ਘੰਟੇ ਆ, 3 ਤੋਂ 4 ਘੰਟੇ 'ਚ ਫੁੱਲ ਚਾਰਜ ਆ ਇਹ, ਜੀਰੋ ਟੂ ਚਾਰਜ ਹੋ ਜੂ। ਹਾਂਜੀ, ਤੇ ਕੀ ਕਹਿੰਦੇ? ਉਸ ਤੋਂ ਬਾਅਦ ਆ ਜਾਂਦਾ ਇਹਦਾ ਬ੍ਰੇਕ। ਹਾਂ, ਜਿਹੜੀ ਤੁਸੀਂ ਉਹ ਗੱਡੀ ਦੀ ਗੱਲ ਕਰਦੇ ਜਿਹੜੀ ਲੱਖ 'ਚ ਮਿਲ ਜਾਂਦੀ ਆ, ਉਹਦੇ ਸੁੱਕੇ ਬ੍ਰੇਕ ਹੋਣਗੇ। ਹਾਂ, ਤੇ ਇਹਦੇ ਪਾਵਰ ਬ੍ਰੇਕ ਆ, ਦੋ ਆਹ ਵਾਲੇ ਆਇਲ ਬ੍ਰੇਕ ਆ, ਤੇ ਜਿੱਦਾਂ ਕਾਰ ਦੇ ਲੱਗਦੇ ਆਪਣੇ ਬ੍ਰੇਕ ਉਦਾਂ ਲੱਗਦੇ ਆ। ਫਰੰਟ ਡਿਸਕ ਆ, ਆਹ ਦੇਖ ਲਓ। ਅੱਛਾ, ਫਰੰਟ ਡਿਸਕ ਆ ਗਈਆਂ, ਆਹ ਡਿਸਕ ਬ੍ਰੇਕ ਲੱਗੇ ਹੋਏ ਆ। ਕੱਲੀ ਕੱਲੀ ਚੀਜ਼ ਨਾਲ ਕੀਮਤ ਦਾ ਫਰਕ ਪੈਂਦਾ, ਤੁਸੀਂ ਟਾਇਰ ਦੇਖ ਲਓ ਉਹਦੇ ਟਾਇਰ ਕੀ ਸਾਈਜ਼ ਦੇ ਇਹਦੇ? ਇਹਦਾ ਟਾਇਰ ਹੈਗਾ 615-16, ਓਰੀਜਨਲ ਜੀਪ ਦਾ MRF ਦਾ ਟਾਇਰ ਆ, ਜਿੱਥੇ ਬੰਦਾ ਮਰਜ਼ੀ ਚੈੱਕ ਕਰ ਲਏ, ਆਹ ਪਿਆ MRF ਦਾ ਮਾਰਕ ਆ, ਆਮ ਜੀਪ ਦੇ ਜਿਹੜਾ ਹੁੰਦਾ ਉਹ ਓਰੀਜਨਲ ਜੀਪ ਦੇ ਹੁੰਦਾ ਜਿਹੜਾ ਉਹ ਟਾਇਰ ਆ। ਆਹ ਰਿਮ ਲੱਗੇ ਹੋਏ ਆ, ਦੇਖਣ ਨੂੰ ਇਹ ਵੀ ਰਿਮ ਆ, ਇੱਕ ਉਹ ਗੱਡੀ ਦੇ ਵੀ ਰਿਮ ਲੱਗੇ ਆ, ਉਹ ਰਿਮ ਸਸਤਾ ਹੁੰਦਾ, ਆਹ ਰਿਮ ਅਲੋਏ ਵੀਲ ਦੇ ਰੇਟ 'ਚ ਪੈ ਜਾਂਦਾ। ਅੱਛਾ, ਤਕਰੀਬਨ 2000 ਦਾ ਰਿਮ ਪੈਂਦਾ, 1500-2000 ਦੀ ਰੇਂਜ 'ਚ। ਠੀਕ ਹੈ, ਤੇ ਉਹਦੀ ਚੀਜ਼ ਨਾਲ, ਨਿੱਕੀ ਨਿੱਕੀ ਚੀਜ਼ ਨਾਲ ਰੇਟ ਵੱਧਦਾ। ਤੇ ਬਾਡੀ ਦਾ ਫਰਕ ਵੀ ਕੀ ਆ? ਹੁਣ ਇਹ ਲੋਹਾ, ਲੋਹਾ ਮੈਟਲ ਆ, ਇਹ ਬਣੀ ਹੋਈ ਆ 16 ਤੇ 18 ਗੇਜ ਸੀਟ ਦੀ ਮਿਕਸ ਆ। 16 ਤੇ 18 ਗੇਜ ਸੀਟ, ਕਈ ਥਾਵਾਂ ਤੇ 16 ਗੇਜ ਲੱਗੀ ਹੈ, ਕਈ ਥਾਵਾਂ ਤੇ 18 ਗੇਜ ਲੱਗੀ ਹੈ, ਪਰ ਕਈ ਤਾਂ ਮੇਰੇ ਖਿਆਲ ਫਾਈਬਰ 'ਚ ਵੀ ਬਣਾਈ ਜਾਂਦੇ ਆ, ਫਾਈਬਰ 'ਚ ਵੀ ਬਣਾਈ ਜਾਂਦੇ ਆ ਬਾਈ, ਉਹਦਾ ਰੇਟ ਦਾ ਫਰਕ ਤਾਂ ਪਊਗਾ, ਰੇਟ ਦਾ ਫਰਕ ਤਾਂ ਪਊਗਾ ਹੀ, ਫਾਈਬਰ ਹੋਊਗੀ 20 ਗੇਜ ਦੀ ਬਣਾਈ ਜਾਂਦੇ ਆ, ਤੁਸੀਂ ਜ਼ੋਰ ਨਾਲ ਮੁੱਕੀ ਮਾਰੋਗੇ ਵਿੱਚ ਬਹਿ ਜੂਗੀ ਉਹ। ਅੱਛਾ, ਹਾਂ, ਇਹਦੇ 'ਚ ਜਿਵੇਂ ਮਰਜ਼ੀ ਚੜ ਜਾ ਬੰਦਾ, ਬੁਰਨ ਤੇ ਚੜ ਕੇ ਬਹਿ ਜੇ, ਕੋਈ ਦਿੱਕਤ ਨਹੀਂ। ਠੀਕ ਹੈ, ਗ੍ਰਿਲ ਆ ਸਾਰੀ ਮੈਟਲ ਦੀ ਆ, ਏ ਟੂ ਜੈਡ ਚੀਜ਼ ਮੈਟਲ ਦੀ ਆ, ਉਹਨਾਂ ਲਾਈਟ ਲੱਗੀ ਆ ਬਾਈ ਇਹਦੇ, ਮੈਨੂੰ ਇਹ ਲਾਉਣ ਦੀ ਕੋਈ ਲੋੜ ਨਹੀਂ ਕਿ ਬਿਨਾਂ ਤੋਂ ਸਰਦਾ, ਲਾਈਟਾਂ ਹੀ ਕੱਲੀਆਂ 3000 ਦੀਆਂ ਨਹੀਂ ਲਾਈਆਂ, 3000 ਹੋਰ ਘੱਟ, 3000 ਇਹ ਘੱਟ ਜਾਣਾ। ਅੱਛਾ, ਮਤਲਬ ਤੁਸੀਂ ਕੀ ਆ ਵੀ ਤੁਹਾਡੀ ਚੀਜ਼ ਦੀ ਕੁਆਲਿਟੀ ਦਾ ਫਰਕ ਹੈ? ਗੱਡੀ ਘੋੜੀ ਦਾ ਮੁੱਲ ਆ, ਗੱਡੀ ਲੈ ਜੇ ਬੰਦਾ ਵਾਹਣ 'ਚ ਸਿੱਟ ਦੇ, ਉਹ ਸਿੱਟ ਦੇ, ਸਿੱਟ ਦੇ ਜਿੱਥੋਂ ਦੀ ਯਾਰ ਜੀ ਕਰ, ਜਿੱਥੋਂ ਦੀ ਆਪਣੀ ਥਾਰ ਪੈਟਰੋਲ ਡੀਜ਼ਲ ਗੱਡੀ ਜੀਪ ਲੰਘ ਗਈ, ਉੱਥੋਂ ਦੀ ਇਹ ਜਾਊਗੀ, ਪੁੱਠੀ ਨਹੀਂ ਮੁੜਦੀ, ਅਤੇ ਉਹ ਜਾਂਦੀ ਨਹੀਂ। 84 ਬਣੀ ਆ ਵੀਰੇ, ਆਹ ਵੇਖ ਲਾ ਕੇ, 3.5 ਦੀ ਪੈਪ ਆ, ਅਤੇ ਪੈਪ ਦਾ ਵੇਟ ਹੈਗਾ ਇਹਦਾ 25 ਕਿਲੋ। ਅੱਛਾ, 25 ਕਿਲੋ ਵਾਲੀ ਪੈਪ ਲੱਗੀ ਆ, ਗੱਡੀ ਦਾ ਸਾਰਾ ਵੇਟ ਇਹਦਾ ਜਾ ਵੜਦਾ 10 ਕੁਇੰਟਲ। ਅੱਛਾ, 10 ਕੁਇੰਟਲ ਵਜਣਾ? 10 ਕੁਇੰਟਲ ਵੇਟ ਆ, ਗੱਡੀ ਸੜਕ 'ਤੇ ਜੰਮ ਕੇ ਚੱਲੂਗੀ, ਐਂ ਨਹੀਂ ਕਿ ਐਂ ਹਲਦੀ ਜਾਂਦੀ ਆ, ਉਖਲੀ 'ਚ ਵੱਜੀ ਬੰਦੇ ਨੂੰ ਚੱਕ ਕੇ ਮਾਰਿਆ, ਉਹ ਚੀਜ਼ ਨਹੀਂ ਹੁੰਦੀ। ਛੁੱਕ ਅੱਗੇ ਆ ਕਮਾਨੀਆਂ ਲੱਗੀਆਂ ਵੀਰੇ, ਛੋਟੇ ਹਾਥੀ ਦੀਆਂ ਕਮਾਨੀਆਂ ਕਦੇ ਨਹੀਂ ਮਾਰਦੀਆਂ ਲਾਈਫ ਟਾਈਮ ਬੰਦੇ ਤੋਂ,
ਹਿੱਸਾ ਕਦੇ ਨਹੀਂ ਮਰਦਾ ਲਾਈਫ ਟਾਈਮ, ਦੂਰੀ ਵਾਰੀ ਦੀ ਕੋਈ ਰਿਪੇਅਰ ਨਹੀਂ, ਡੈਸਕਾਂ ਕਦੇ ਨਹੀਂ ਮਰਦੀਆਂ, ਬੈਰਿੰਗਾਂ ਕਦੇ ਨਹੀਂ ਮਰਦੇ, ਪਾਵਰ ਸਟੀਅਰਿੰਗ ਆ ਜਾਂਦਾ ਉਹ ਦੇਖ ਲਓ ਥੱਲੇ ਲੱਗਿਆ ਹੋਇਆ ਇਹਦੇ। ਅੱਛਾ ਸਵਿਫਟ ਵਾਲਾ ਪਾਵਰ ਸਟੀਅਰਿੰਗ ਆ ਇਹ, ਸਵਿਫਟ ਕਾਰ ਦਾ। ਠੀਕ ਹੈ, ਸ਼ੌਕਰ ਲੱਗੇ ਹੋਏ ਆ। ਅੱਛਾ ਅੱਛਾ, ਮੇਨ ਕੁਆਲਿਟੀ ਦੀ ਗੱਲ ਆ ਜਾਂਦੀ ਹੈ, ਕੁਆਲਿਟੀ ਦੀ ਮੋਟਰ ਲੱਗੀ ਹੋਈ ਆ, ਮੋਟਰ ਦੇਖ ਲਓ ਈ ਰਕਸ਼ ਵਾਲੀ ਮੋਟਰ ਨਹੀਂ ਲੱਗੀ ਹੋਈ, ਸਪੈਸ਼ਲ ਇਲੈਕਟ੍ਰਿਕ ਵਹੀਕਲ ਵਾਲਾ ਸਿਸਟਮ ਲੱਗਿਆ ਹੋਇਆ। ਅੱਛਾ, ਜਿਹੜਾ ਹੈਵੀ ਡਿਊਟੀ ਆਪਣੀਆਂ ਕਾਰਾਂ ਦੇ ਵਿੱਚ ਆਉਂਦਾ। ਠੀਕ ਹੈ, ਇੱਧਰ ਦੀ ਮਗਰ ਦੀ ਤੁਸੀਂ ਦੇਖ ਸਕਦੇ ਕਰਾਊਂਡ ਲੱਗਿਆ, ਹੁਣ ਗੱਡੀ ਦੇ ਉਦੋਂ ਬਾਅਦ ਨਕਲ ਵੀ ਹੋਊਗੀ, ਇਹਦੇ ਨਾਲ ਦੀਆਂ ਹੋਰ ਵੀ ਆਉਣ ਲੱਗ ਜਾਣਗੀਆਂ, ਪਹਿਲੀ ਗੱਡੀ ਆ। ਜੇ ਮੈਂ ਡਿਟੇਲ 'ਚ ਵੀਡੀਓ ਨਾ ਬਣਾਉਣ ਦਾ ਕਾਰਨ ਇਹੀ ਸੀ ਕਿ ਗੱਡੀ ਦੀ ਨਕਲ ਛੇਤੀ ਹੋ ਜੂਗੀ, ਜਿੱਦੇ ਆਹ ਗੱਡੀ ਮੇਰੀ ਡੱਬ ਵਾਲੀ ਜਾਵੜੀ ਉਦੋਂ ਬਾਅਦ ਡੱਬ ਵਾਲੀ ਤਿਆਰ ਹੋਣ ਲੱਗ ਜਾਣਗੀਆਂ। ਅੱਛਾ, ਅਤੇ ਜਾਣ ਨਹੀਂ ਦਿੱਤੀ ਸੀ ਅੱਜ ਤੀਕ, ਅਤੇ ਆਹ ਮੋਟਰ ਲੱਗੀ ਹੈ ਵੀਰੇ, ਇਹਦੇ ਮੋਟਰ ਦੇਖੋ ਕਿੱਡੀ ਆ, ਕਮਾਨੀਆਂ ਵੇਖੋ ਕਿੰਨੀਆਂ ਪਾਈਆਂ ਹੋਈਆਂ ਰੀਜਨਲ ਜੀਪ ਜਿੰਨੀਆਂ। ਬਸ ਬਈ ਕਮਾਣੀਆਂ, ਅਤੇ ਆਹ ਮਗਰ ਮੋਟਰ ਲੱਗੀ ਹੋਈ ਆ, ਮੋਟਰ ਇਹ 10 ਕਿਲੋ ਵਾਟ ਦੀ ਮੋਟਰ ਆ ਵੀਰੇ, ਇਹ ਖੜੀ ਗੱਡੀ ਦੇ ਟਾਇਰ ਘੁਮਾ ਦਿੰਦੀ ਆ, ਪੂਰੀ ਜਾਨ ਵਾਲੀ ਚੀਜ਼, ਪੂਰੀ ਜਾਨ ਵਾਲੀ ਚੀਜ਼ ਆ। ਟਰੈਕਟਰ ਖਿੱਚ ਕੇ ਸਟਾਰਟ ਕਰੀ, ਚਲੋ 60 ਕਰਾਂ ਨੂੰ, ਤੇ ਅੰਦਰੋਂ ਵੀ ਦਿਖਾ ਦਈਏ ਨਾ ਵੀ ਜਿਵੇਂ ਆਹ ਅੰਦਰ ਟੱਚ ਆ ਵੀਰੇ, ਐਂਡਰੋਇਡ ਸਿਸਟਮ ਲੱਗਿਆ ਹੋਇਆ ਇਹਦਾ, ਘੱਟੋ ਘੱਟ 10,000 ਰੁਪਏ ਦਾ ਤਾਂ ਆਹ ਸਿਸਟਮ ਹੀ ਬਣ ਜਾਂਦਾ। ਆ ਵੀ ਟੱਚ ਸਕਰੀਨ ਆ ਇਹਦੇ ਵਿੱਚ, ਆ ਟੱਚ ਸਕਰੀਨ ਆ ਗਈ, 10,000 ਦਾ ਪ੍ਰੋਜੈਕਟ ਆ ਇਕੱਲਾ ਹੀ ਆ ਜਾਂਦਾ, ਇਹਦੇ ਬਿਨਾਂ ਸਰਦਾ ਵੀਰੇ ਮੈਨੂੰ ਕੋਈ ਲੋੜ ਨਹੀਂ। ਆ ਲੱਗਿਆ ਰਬੜ ਦਾ ਮੁੱਠਾ ਵੀ ਲਾ ਦਿੰਦਾ, 500-700 ਦਾ ਲੈ ਗਿਆ ਇਕੱਲਾ ਲਾਇਆ ਇੱਕ ਸ਼ੋਅ ਵਾਸਤੇ, ਸੋਹਣਾ ਲੱਗੇ। ਇੰਟੀਰੀਅਰ ਆ ਤੁਹਾਡੇ ਸਾਹਮਣੇ ਓਰੀਜਨਲ ਪੈਟਰੋਲ ਡੀਜ਼ਲ ਗੱਡੀ ਦੀ ਤਰ੍ਹਾਂ, ਸਾਰੇ ਦਾ ਸਾਰਾ ਸਟੀਅਰਿੰਗ ਆ, ਮੋਮੋ ਦਾ ਓਰੀਜਨਲ ਆ ਗਿਆ, ਸੀਟਾਂ ਦੇ ਕੱਪੜੇ ਦੀ ਕੁਆਲਿਟੀ ਦੇਖ ਲਓ, ਆ ਸਿਉਣ ਆ, ਆਏ ਨਹੀਂ ਕਿ ਅਣਜਾਣ ਮਿਸਤਰੀ ਤੋਂ ਵੱਜੀ ਆ, ਅਤੇ ਵਿੰਗਾਂ ਟੇਢੀਆਂ ਹੀ ਹੁੰਦੀਆਂ ਜਾਂਦੀਆਂ। ਪਿੱਛੇ ਸਪੀਕਰਾਂ ਦੀ ਫਿਨਿਸ਼ਿੰਗ ਵੇਖ ਲਓ, ਬਾਕਸ ਵੇਖ ਲਓ, ਤਾਂ ਹੁੱਡ ਲੱਗਿਆ, ਡਬਲ ਰੂਫ ਆ ਵੀਰੇ, ਹੀਟ ਨਹੀਂ ਹੁੰਦਾ ਗਰਮੀ 'ਚ ਵੀ। ਅੱਛਾ, ਅੰਦਰਵਾਰ ਹੋਰ ਆ, ਵਿਚਾਲੇ ਦੇ ਫੋਮ ਪਾਈ, ਆਹ ਦੇਖ ਲਓ ਇੱਥੋਂ ਦੀ, ਆਹ ਡਬਲ ਆ ਗਿਆ। ਅੱਛਾ ਡਬਲ, ਹਾਂਜੀ, ਉੱਪਰ ਕੱਪੜਾ ਹੋਰ ਆ, ਹੋਰ ਆ ਥਾਰ ਵਾਲਾ, ਹੁਣ ਲਾਉਣ ਨੂੰ ਤਾਂ ਵੀਰੇ 7,000 ਚ ਸਾਰਾ ਹੁੱਡ ਕੱਪੜਾ, ਸੀਟਾਂ ਕਵਰ ਸਾਰਾ ਕੁਛ ਕਰ ਦਿੰਦੇ ਆ, ਮੈਟ ਵੀ ਹੋ ਜਾਂਦੇ ਆ, ਆਹ 7D ਮੈਟ ਲੱਗੇ ਹੋਏ ਆ ਬਾਈ ਇਹ 'ਚ, ਇਹ ਅੱਜ ਤਾਂ ਬਣਾਉਣੀ ਪਈ ਆ ਮੇਰੇ ਕੋਲ, ਲੋਕ ਰੀਲਾਂ ਬਹੁਤ ਸ਼ੇਅਰ ਕਰਦੇ ਵੀ ਉਹ ਤਾਂ 1,00,000 'ਚ ਦੇਈ ਜਾਂਦੇ ਆ, ਅਤੇ ਉਹ 50,000 'ਚ ਮਿਲਦੇ ਹੋ ਜਾਂਦੀ ਆ, ਉਹ ਐਂ ਹੁੰਦੀ ਆ ਵੀਰੇ, 50,000 ਲੱਖ 'ਚ ਆਹ ਸਿਸਟਮ ਨਹੀਂ ਮਿਲਦਾ। ਆਹ ਰੇਲਿੰਗ ਲੱਗੀ ਹੋਈ ਆ, ਆਹ ਚੀਜ਼ ਤੁਹਾਨੂੰ ਕਿਤੇ ਨਹੀਂ ਲੱਗੀ ਮਿਲਣੀ ਕਿਸੇ ਵੀ ਗੱਡੀ ਦੇ, ਆਹ ਕਵਾੜੀਆਂ ਲੱਗੀਆਂ, ਇਹ ਚੀਜ਼ਾਂ ਨਹੀਂ ਮਿਲਦੀਆਂ, ਆਹ ਲੱਗੀ ਅਸੈਸਰੀ ਲੱਗੀ ਆ, ਕੈਂਚੀ ਹੁੱਡ ਲੱਗਿਆ ਉੱਤਰ ਦਾ, ਉਹ ਗਨ ਸਟੈਂਡ ਲਾਇਆ, ਠੀਕ ਆ, ਜਿਹੜੀ ਆਹ ਇਹਦੀ ਟਰਨਿੰਗ ਲਾਈਟ ਵਗੈਰਾ ਸਾਰਾ ਕੁਛ ਓਰੀਜਨਲ ਆ, ਬੈਂਟਰੀ ਦੱਸਣ ਵਾਲਾ ਬੈਂਟਰੀ ਮੀਟਰ ਅੱਡ ਲੱਗਿਆ, ਸਾਰੀ ਗੱਡੀ ਦਾ ਟੂਲ ਬਾਕਸ ਅਲੱਗ ਆ ਗਿਆ, ਵਿੱਚ ਇਹਦੇ ਫਿਊਜ਼ ਸਿਸਟਮ ਲੱਗਿਆ ਹੋਇਆ, ਇਹ ਗੱਡੀ 'ਚ ਕੋਈ ਵੀ ਦਿੱਕਤ ਆ ਜੇ ਤੁਹਾਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ, ਅਤੇ ਜੇ ਕੋਈ ਵਾਇਰ 'ਚ ਪ੍ਰੋਬਲਮ ਆਉਂਦੀ ਹੈ ਨਾ, ਫਿਊਜ਼ ਚੱਕ ਦੇਣਾ ਆਪਦਾ, ਠੀਕ ਹੈ, ਫਿਊਜ਼ ਚੇਂਜ ਕਰੋ, ਗੱਡੀ ਚੱਲੂ, ਬ੍ਰੇਕ ਆਇਲ ਇਕੱਲਾ ਤੁਹਾਨੂੰ ਚੈੱਕ ਕਰਨਾ ਪਊਗਾ, ਜੇ ਕਿਤੇ ਘੱਟ ਗਿਆ ਬਾਏ ਦਾ ਵੀ ਘੱਟਦਾ ਤਾਂ ਹੁੰਦਾ ਹੀ ਨਹੀਂ, ਠੀਕ ਹੈ, ਆਹ ਲੱਗਿਆ ਹੋਇਆ, ਅਤੇ ਜੇ ਕਿਤੇ ਬਾਈ ਚਾਂਸ ਜਿਵੇਂ ਕਹਿੰਦੇ ਅੱਗ ਲੱਗਣ ਦਾ ਕਾਰਨ ਬਣ ਜਾਂਦਾ, ਸਪੈਸ਼ਲ ਨਾਲ ਦਿੱਤਾ ਹੋਇਆ, ਠੀਕ ਹੈ, ਬਾਏ ਚਾਂਸ ਕਦੇ ਵੀ ਤੁਹਾਨੂੰ ਮਹਿਸੂਸ ਹੋਇਆ ਵੀ ਅੱਗ ਦੀ ਚੰਗਿਆੜੀ ਹੈ ਜਾਂ ਕੁਛ ਵੀ ਆ, ਵਰਤੋਂ ਇਹਨੂੰ ਨਾਲ ਦਿੱਤਾ ਹੋਇਆ, ਸ਼ੀਸ਼ੇ ਆ ਗਏ, ਸ਼ੇਪ ਆ ਗਈ ਗੱਡੀ ਦੀ, ਹਾਈਟ ਦੇਖੋ ਫੋਰਚੂਨਰ ਦੀ ਹਾਈਟ 'ਚ ਖੜੀ ਆ, ਹੁਣ ਆ ਚਾਰਜਰ ਆ ਵੀਰੇ ਦਾ, ਤਕਰੀਬਨ 25,000 ਰੁਪਏ ਦਾ ਇਕੱਲਾ ਚਾਰਜਰ ਹੀ ਆ ਇਹ, ਅਤੇ ਹੁਣ ਜੇ ਦੂਜਾ ਲੈਡ ਐਸਿਡ ਬੈਟਰੀ ਵਾਲਾ ਬਾਈ 5,000 ਦਾ ਚਾਰਜਰ ਮਿਲ ਜਾਂਦਾ, ਰੇਟ ਕਿਉਂ ਨਾ ਵਧੀਆ, 6,00,000 ਰੁਪਏ ਦਾ ਕੁਛ ਵੀ ਨਹੀਂ ਇਹਦੇ ਵਾਸਤੇ, ਇਹੀ ਸਿਸਟਮ ਆ ਜਿਹੜਾ ਤੁਹਾਨੂੰ ਮੈਂ ਬੈਟਰੀ ਲਾਈਵ ਲਿਥੀਅਮ ਖੋਲ੍ਹ ਕੇ ਦਿਖਾ ਦੇਣਾ, ਚੈੱਕ ਕਰਾ ਦੇਣਾ ਉਹਦੇ ਵਿੱਚ ਕੀ ਹੁੰਦਾ, ਹੁਣੀ ਕਰਵਾ ਦੇਣਾ, ਮੈਂ ਖੁਲਵਾ ਦਿੰਦਾ ਮੁੰਡੇ ਤੋਂ, ਤਾਂ 1 ਮਿੰਟ ਕੈਮਰਾ ਆਫ ਕਰਨਾ ਪੈਣਾ ਦਾ, ਅਤੇ ਆਹ ਚੀਜ਼ ਲੱਗੀ ਪਈ ਆ, ਆਹ ਟਾਇਰ ਆ ਵੀਰੇ ਜਿਹੜੇ ਉਹ ਦੂਜੀਆਂ ਗੱਡੀਆਂ 'ਚ ਪਾ ਦਿੰਦੇ, ਜਿਹੜੇ ਤੁਸੀਂ ਕਹਿੰਦੇ 1,00,000 'ਚ, ਆਹ ਟਾਇਰ ਸਾਰਾ ਤੁਸੀਂ ਯਕੀਨ ਨਹੀਂ ਮੰਨਣਾ, ਇਹ ਟਾਇਰ ਹੀ ਸਾਰਾ 1,500 ਦਾ। ਅੱਛਾ, ਇਹ 1,500 ਦਾ ਟਾਇਰ ਆ, ਅਤੇ ਆਹ 4,500 ਦਾ। ਅੱਛਾ, 4,500 ਦਾ ਟਾਇਰ, 18,000 ਦੇ ਟਾਇਰ ਹੀ ਹੋਏ ਇਕੱਲੇ, ਹਾਂਜੀ, ਅਤੇ ਆਹ ਦੇਖ ਲਓ ਹੁਣ ਇਹਦਾ ਕਿੰਨਾ ਫਰਕ ਆ, ਹੁਣ ਆਹ ਗੱਡੀ ਨੂੰ ਆਹ ਟਾਇਰ ਲੱਗ ਗਿਆ ਕਿਵੇਂ, ਆਹ ਤਾਂ ਵੀ ਬਹੁਤ ਜ਼ਿਆਦਾ ਫਰਕ ਹੈ, ਤੁਸੀਂ ਐਂ ਲਾ ਲਓ ਵੀ ਘੱਟੋ 4 ਇੰਚ ਦਾ ਘੇਰੇ ਦਾ ਫਰਕ ਪੈਂਦਾ, 4 ਇੰਚ ਦਾ ਗੱਡੀ ਸਾਈਡਾਂ ਤੋਂ ਵੀ ਕੱਢੂਗੀ, ਉਹ ਵੀਰੇ ਫੋਟੋ 'ਚ ਗੱਡੀ ਦਾ ਇੱਕ ਪਤਾ ਨਹੀਂ ਲੱਗਦਾ ਕਿ ਸਾਈਜ਼ ਕਿੱਡਾ ਗਾ, ਜਦੋਂ ਗੱਡੀ ਤੁਸੀਂ ਆਓਗੇ ਕੋਲੇ ਬੈਠੋਗੇ ਚਲਾਓਗੇ, ਕੋਲੇ ਖੜੀਆਂ ਦੇ ਬਈ ਬਰਾਬਰ ਆਪਾਂ ਨੂੰ ਅੰਦਾਜ਼ਾ ਵੀ ਅੱਜ ਦੇਖਣ ਵਾਲੇ ਨੂੰ, ਤੇਰਾ ਹਾਈਟ ਕਿੰਨੀ ਹੈ ਤੇਰੀ? ਮੇਰੀ ਹੈਗੀ ਹੈ ਵੀਰੇ ਹਾਈਟ 5.5, 10 ਇੰਚੀ ਟਾਈਪ ਲਾ ਕੇ ਆਪਾਂ ਸਹੀ ਦਿਖਾ ਦਿੰਦੇ ਹਾਂ, ਆਹ ਵੀਰੇ LED ਲਾਈਟਾਂ, ਇਹਦੀਆਂ ਸਾਰੀਆਂ ਮਹਿੰਗੀਆਂ ਲਾਈਟਾਂ ਲੱਗੀਆਂ ਹੋਈਆਂ,
ਇਹ ਨਹੀਂ ਕਿ ਨੋਰਮਲ ਸਿੰਪਲ ਲਾਈਟ ਲਾ ਕੇ ਬੱਲੋ ਪਾਤਾ ਵਿੱਚ, ਉਹਦੇ ਨਾਲ ਤਾਂ 300-400 ਦੀ ਲਾਈਟ ਨਾਲ ਸਰ ਜਾਓ, 1500 ਦੀਆਂ ਲਾਈਟਾਂ ਹੀ ਆ। ਮਤਲਬ ਵੀ ਇਹ ਤੇ ਬਣਾਉਣ ਤੇ ਖਰਚਾ ਤੁਹਾਡਾ ਚੰਗਾ ਆਉਂਦਾ ਹੈਗਾ ਆਪਾਂ ਚੀਜ਼ਾਂ ਦੇ ਹਿਸਾਬ ਨਾਲ ਜਿਹੜਾ ਸਾਨੂੰ ਬਾਈ ਜੀ ਆਪਾਂ ਮੈਂ ਇਹ ਕਦੇ ਵੀ ਮੈਟਰ ਨਹੀਂ ਕਰਿਆ। ਆ ਤੁਹਾਨੂੰ ਮੈਂ ਫੀਤਾ ਮਾਰ ਕੇ ਦਿਖਾ ਦਿੰਦਾ ਕਿੰਨਾ ਬੰਦ ਆ ਜਾਵਾਂ ਨੈਟ। ਲਓ ਵੀ ਆਪਾਂ ਫੀਤਾ ਮਾਰ ਕੇ ਤੁਹਾਨੂੰ ਪਹਿਲਾਂ ਦੀ ਚੜਾਈ ਵੀ ਦਿਖਾ ਦਿੰਦੇ ਹੈਗੇ। ਇਹ ਲੈ ਵੀ ਖਿੱਚ ਲੈ ਇਹਨੂੰ ਫੀਤਾ। ਇਹ ਕਿੰਨੇ ਇੰਚ ਨਿਕਲ ਕੇ? 58 ਇੰਚ ਆ ਬਾਈ, ਮੈਂ ਤੁਹਾਨੂੰ ਘੱਟ ਹੀ ਦੱਸਿਆ ਸੀ, 55 ਦੱਸਿਆ ਸੀ। ਇਹ ਆ ਲਓ ਬਈ 58 ਤੋਂ ਵੀ ਉੱਪਰ ਹੈਗੀ। 58 ਤੋਂ ਵੀ ਉੱਪਰ ਤੁਹਾਡੇ ਜੇ ਕੋਈ ਓਰੀਜਨਲ ਗੱਡੀ ਖੜੀ ਹੈ ਕਿਸੇ ਕੋਲੇ, ਭਲਾ ਫੀਤਾ ਮਾਰ ਲਾ। 8 ਇੰਚ ਇਹ ਗੱਡੀ ਚੌੜੀ ਆ ਲਈ, ਫਰੰਟ ਤੇ ਵੀ ਲਾਈ ਬਈ ਫੀਤਾ, ਮੈਂਬਰ ਤੇ ਵੀ ਲਾਈ, ਮੈਂਬਰ ਤੇ ਲਾ ਦੇ ਕਿਰਾ। ਲੈ ਬਈ ਆਪਾਂ ਇਹਦੀ ਹੁਣ ਤੁਹਾਨੂੰ ਲੈਂਥ ਵੀ ਦਿਖਾ ਦਿੰਦੇ ਹਾਂ। ਇਹ 100 ਤੇ 9 ਫੁੱਟ ਤੇ 11 ਇੰਚ ਹੋ ਗਿਆ ਬਾਈ, ਇੱਥੇ ਫੀਤਾ ਮੁੱਕ ਗਿਆ ਤੇ ਤਕਰੀਬਨ 10 ਫੁੱਟ ਲੰਮੀ ਗੱਡੀ ਹੈਗੀ ਆ। 10 ਫੁੱਟ ਲੰਮੀ ਹੈ ਬਾਈ, ਪਹਿਲਾਂ ਵੀ ਆ ਕੇ ਚੀਜ਼ ਵੇਖਿਆ ਕਰੋ ਹਨਾ, ਵੇਖਣ ਤੋਂ ਬਾਅਦ ਆਪਦਾ ਫੈਸਲਾ ਲਿਆ ਕਰੋ। ਗੱਡੀ ਚਲਾ ਕੇ ਦੇਖੋ ਇੱਕ ਵਾਰੀ, ਚਲਾਉਣ ਤੋਂ ਬਾਅਦ ਤੁਸੀਂ ਟੈਸਟ ਡਰਾਈਵ ਲਓ, ਉਹਦੇ ਨਾਲ ਕਲੀਅਰ ਕਰੋ। ਮੇਰੇ ਨਾਲ ਇੱਥੇ ਆਪਾਂ ਗੱਡੀ ਚੈੱਕ ਕਰਾ ਦਿਆਂਗੇ, ਐਵਰੇਜ ਪ੍ਰੋਬਲਮ ਆ, ਕੋਲੇ ਸੀਟ ਤੇ ਬਹਿ ਜੇ ਬੰਦਾ, ਪੂਰੀ ਐਵਰੇਜ ਕਢਾ ਕੇ ਦੇ ਦਿਆਂਗੇ, ਚੈੱਕ ਕਰਾਉਣੀ। ਉਹ ਤੋਂ ਬਾਅਦ 'ਚ ਕੋਈ ਲਾਈਫ ਟਾਈਮ ਕੋਈ ਵੀ ਫਾਲਟ ਆਉਂਦਾ, ਹੱਲ ਉਹਦਾ ਹਰੇਕ ਚੀਜ਼ ਦਾ ਹੋਊਗਾ, ਸੈੱਟ ਕਰਕੇ ਆਵਾਂਗੇ। ਜਿਹੜਾ ਟਰਾਂਸਪੋਰਟੇਸ਼ਨ ਖਰਚਾ ਪਊਗਾ ਬੰਦੇ ਦਾ, ਬੰਦਾ ਇੱਥੋਂ ਜਾਊਗਾ ਆਊਗਾ, ਉਹ ਅਗਲੇ ਦਾ ਹੋਊਗਾ। ਹਾਂ, ਦਿੱਕਤ ਆਉਂਦੀ ਆ ਗੱਡੀ ਦੂਰੀ ਆ, ਤੁਹਾਨੂੰ ਕਦੇ ਨਹੀਂ ਲਿਆਉਣੀ ਪੈਂਦੀ, ਆਪ ਜਾ ਕੇ ਸੈੱਟ ਕਰਿਆਵਾਂਗੇ। ਠੀਕ ਹੈ। ਅਤੇ ਜਦੋਂ ਲੋ ਪਿੰਡ 'ਚ ਆ ਕੇ ਬਈ ਲੋਕਲ ਪਤਾ ਕਰਦਾ, ਅਗਲੇ ਨੂੰ ਪਤਾ ਨਹੀਂ ਹੁੰਦਾ ਕੀ ਲੱਗਦਾ ਕਿਵੇਂ ਲੱਗਦਾ, ਵੀਡੀਓ 'ਚ ਵੇਖ ਕੇ ਕੰਪੇਅਰ ਕਰਕੇ ਆਇਆ ਹੁੰਦਾ, ਇੱਕ ਬੰਦਾ ਆਇਆ ਦੂਰ ਤੋਂ ਹੁੰਦਾ, ਉਹ ਕੁਦਰਤੀ ਕਿਸੇ ਨੇ ਬੰਦੇ ਨਾਲ ਬੰਦ ਹੀ ਹੁੰਦੀ, ਜਾਂ ਪਿੰਡਾਂ 'ਚ ਤਾਂ ਵੀਰੇ ਹਰੇਕ ਪਿੰਡ ਦੇ ਇਹੀ ਹਾਲ ਆ, ਪਿੰਡ 'ਚ ਪਿੰਡ ਦੇ ਤੋਂ ਖਾਰ ਹੀ ਖਾਂਦਾ। 5-7 ਬੰਦੇ ਹੈਗੇ ਆ, ਮੋੜਦੇ ਆ ਬਹੁਤ, ਮੇਰੇ ਕੋਲ ਬੰਦ ਮਗਰੋਂ ਵੀ ਫੋਨ ਆਇਆ, ਬੰਦਾ ਚੱਲ ਪੈਂਦਾ ਜਿੱਥੋਂ ਤੱਕ ਐਡਰੈਸ ਪੁੱਛੀ ਜਾਂਦਾ, ਕੋਟਲੀ ਪਿੰਡ 'ਚ ਐਂਟਰ ਹੋ ਜਾਂਦਾ, ਜਦੋਂ ਕੋਟਲੀ ਤੋਂ ਬਾਅਦ ਆ ਕੇ ਉਹਦੇ ਬਾਅਦ ਨਾਲ ਫੋਨ ਆਉਂਦਾ ਨਾ ਬੰਦਾ ਪਹੁੰਚਦਾ ਵੀ ਦੱਸੋ, ਜਾਂ ਤਾਂ ਕੋਟਲੀ ਖਾ ਗਈ ਅਤੇ ਜਾਂ ਮੇਰਾ ਪਿੰਡ ਖਾ ਗਿਆ, ਅਤੇ ਗਿਆ ਕਿੱਧਰ ਉੱਧਰੋਂ ਆ ਜਾਂਦਾ ਮੱਲਣਾ ਕੇ, ਮੱਲਣ ਤੱਕ ਸਹੀ ਆਉਂਦਾ, ਕੋਈ ਦਿੱਕਤ ਨਹੀਂ ਬਈ, ਆ ਕੇ ਤੇਰੇ ਕੋਲ ਅੱਧੇ ਘੰਟੇ 'ਚ ਪਹੁੰਚ ਗਏ, ਪੌਣੇ 'ਚ ਪਹੁੰਚ ਗਏ, 20 ਮਿੰਟਾਂ 'ਚ ਪਹੁੰਚ ਗਏ ਮੱਲਣ ਆ ਕੇ, ਉਦੋਂ ਬਾਅਦ ਬੰਦਾ ਗੈਪ। ਉਹ ਬਸ ਫਿਰ ਬਈ ਉਹੀ ਇੱਕਦਮ ਮੇਰੇ ਵਰਗਾ ਆਉਂਦਾ ਬੰਦਾ ਜਿਹੜਾ ਖਾਰ ਖਾਣ ਵਾਲਾ ਹੁੰਦਾ ਹੈਗਾ, ਉਹ ਪਿੰਡ 'ਚ ਇੱਕਦਾ ਹੁੰਦਾ ਹੀ ਹਰੇਕ 'ਚ। ਆਹ ਸ਼ੀਸ਼ੇ ਪਾਇਆ ਵੀਰੇ ਦੇ ਸੇਫ, ਆਹ ਸ਼ੀਸ਼ੇ ਪਾਏ ਹੋਏ ਆ ਗੱਡੀ ਦੇ, ਸੇਫਟੀ ਸ਼ੀਸ਼ੇ ਆ, ਕੱਲ੍ਹ ਨੂੰ ਗੱਡੀ ਝਟਕਾ ਲੱਗ ਗਿਆ ਜਾਂ ਗੱਡੀ ਕਿਤੇ ਲੱਗ ਗਈ, ਐਂ ਨਹੀਂ ਟੁੱਟ ਕੇ ਬੰਦਾ ਦੇ ਵੱਜੂਗਾ। ਹੁਣ ਇੱਕ ਤਾਂ ਬਈ ਇਹ 'ਚ 200 ਦਾ ਲੈ ਕੇ ਸ਼ੀਸ਼ਾ, ਉਹ ਪਾਤਾ ਜਿਹੜਾ ਘਰਾਂ 'ਚ ਪਾਈ ਜਾਂਦੇ ਆ, ਅੱਛਾ ਵੀ ਪਾ ਦਿੰਦੇ ਆ, ਉਹ ਵੀ ਪਾ ਦਿੰਦੇ ਆ ਬਈ, ਇਹਦੇ ਜਿਹੜਾ ਥੋੜ੍ਹਾ ਨੰਗੀ ਆਖਣ ਦਾ ਪਤਾ ਹੀ ਨਹੀਂ ਲੱਗਦਾ, ਤੇ ਉਹ ਤਾਂ ਜੇ ਟੁੱਟ ਜੇ ਤਾਂ ਸਿੱਧਾ ਵੱਜੂ, ਸਿੱਧਾ ਵੱਜੂਗਾ ਵੀਰੇ, ਇਹ ਨਹੀਂ ਵੱਜਦਾ, ਨਾਲ ਹੀ ਰਹੂਗਾ ਜਿਵੇਂ ਗੱਡੀਆਂ ਦੇ ਰਹਿੰਦੇ ਆ। ਅੱਛਾ ਆਮ ਹੁੰਦੇ, ਠੀਕ ਹੈ। ਅਤੇ ਬਹੁਤ ਬਹੁਤ ਧੰਨਵਾਦ ਬਈ, ਅਤੇ ਆਸ ਕਰਦੇ ਹਾਂ ਬਈ ਵੀ ਤੁਹਾਨੂੰ ਸਾਰੀ ਗੱਲ ਸਮਝ ਆਈ ਹੋਊਗੀ, 1 ਲੱਖ ਰੁਪਏ ਵਾਲੀ ਜੀਪ ਦਾ ਅਤੇ 5-6 ਲੱਖ ਰੁਪਏ ਵਾਲੀ ਚੀਜ਼ ਦਾ ਫਰਕ। ਆਹ ਕੁੰਡੇ ਲੱਗੇ ਆ ਇਹਦੇ, ਟੋਚਨ ਪਾ ਕੇ ਬੰਦੇ ਨੇ ਖਿੱਚਣੀ ਆ, ਇੱਥੋਂ ਫੜ ਕੇ ਜਿੱਥੋਂ ਬੰਦੇ ਨੂੰ ਜੀ ਕਰਦਾ, ਜਿਵੇਂ ਆਪਾਂ ਡੀਜ਼ਲ ਵਾਲੀ ਜੀਪ ਖਿੱਚ ਕੇ ਲੈਣ ਵਾਲੀ, ਜਾਣ ਬੰਦਾ ਰੱਸਾ ਪਾ ਲੈਂਦਾ, ਜਿਵੇਂ ਮਰਜ਼ੀ ਧੋਇਆ ਫਿਰੇ, ਭੱਜੀ ਜਾਂਦੀ ਗੱਡੀ, ਵਾਹਣ 'ਚ ਉੱਤਰ ਗਈ, ਸੜਦੇ ਕੋਈ ਡਿੱਕਾ ਨਹੀਂ, ਕੁਛ ਨਹੀਂ ਹੁੰਦਾ, ਚਾਸੀ ਨਹੀਂ ਵੱਟ ਖਾਂਦੀ, ਲਾਈਫ ਟਾਈਮ ਦੀ ਗਰੰਟੀ ਆ, ਚਾਸੀ ਟੁੱਟਦੀ ਨਹੀਂ, ਚਾਸੀ ਪਾਰਟ ਜੇ ਆਪਣੀ ਲਾਈਫ ਟਾਈਮ ਦੀ ਗਰੰਟੀ ਆ। ਧੰਨਵਾਦ ਬਈ। ਅਤੇ ਬਾਕੀ ਬਈ ਹੈ ਨਾ, ਸਾਰੀ ਚੀਜ਼ ਆਪਾਂ ਫਰਕ ਸਮਝਾ ਤਾ ਵੀ ਗਧੇ ਦਾ ਅਤੇ ਘੋੜੇ ਦਾ ਫਰਕ ਤਾਂ ਹੁੰਦਾ ਬਈ, ਅਤੇ ਫਰਕ ਕੀ ਹੁੰਦਾ ਆਪਾਂ ਦੱਸਤਾ, A to Z ਹਰੇਕ ਚੀਜ਼ ਦਾ ਆਪਾਂ ਫਰਕ ਇਹਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਤੁਸੀਂ ਸਮਝ ਗਏ ਹੋਵੋਗੇ। ਅਤੇ ਬਾਕੀ ਜੇ ਵੀ ਕੋਈ ਜਾਣਕਾਰੀ ਲੈਣੀ ਹੈ ਤਾਂ ਬਈ ਆਹ ਨੰਬਰ 'ਤੇ ਕਾਲ ਕਰ ਲਿਓ, ਵਟਸਐਪ ਕਰ ਲਿਓ 9977999536, ਤਾਂ ਬਈ ਆਓ ਚੀਜ਼ ਨੂੰ ਦੇਖੋ, ਚੀਜ਼ ਨੂੰ ਸਮਝੋ, ਉਹਨੂੰ ਚਲਾ ਕੇ ਵੇਖਿਓ, ਤਾਂ ਤੁਹਾਨੂੰ ਚੀਜ਼ ਦਾ ਫਰਕ ਪਤਾ ਲੱਗੂਗਾ, ਕਿਉਂਕਿ ਫਰਕ ਬਈ ਹੈਗਾ। ਇੱਕ ਆਈਫੋਨ 1.5 ਲੱਖ ਦਾ ਵੀ ਆਉਂਦਾ ਅਤੇ ਇੱਕ ਐਂਡਰਾਇਡ ਫੋਨ 5000 ਦਾ ਵੀ ਆਉਂਦਾ, ਉਹਨਾਂ ਦਾ ਫਰਕ ਵੀ ਆਪਸ ਦੇ ਵਿੱਚ ਹੁੰਦਾ, ਤਾਂ ਹੀ ਰੇਟ ਦਾ ਵੀ ਫਰਕ ਹੁੰਦਾ, ਹਰੇਕ ਚੀਜ਼ ਦੇ ਵਿੱਚ ਹੀ ਵਰਾਇਟੀ ਦਾ ਫਰਕ ਪੈਂਦਾ, ਕੁਆਲਿਟੀ ਦਾ ਫਰਕ ਪੈਂਦਾ। ਸੋ ਕਿਸੇ ਨੇ ਵੀ ਚੀਜ਼ ਹੈ ਨਾ ਲੈਣੀ ਹੈ ਤਾਂ ਪਹਿਲਾਂ ਆ ਕੇ ਦੇਖੋ, ਫਿਰ ਆਪਣੀ ਪਸੰਦ ਨਾ ਪਸੰਦ ਬਣਾਓ ਵੀ ਚੀਜ਼ ਲੈਣੀ ਹੈ ਕਿ ਨਹੀਂ ਲੈਣੀ। ਅਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਕਰਿਓ, ਆਪਾਂ ਨੂੰ ਫੋਲੋ ਕਰਿਓ ਜੀ। ਧੰਨਵਾਦ।